ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਸੈਣਾ ਜੀ ਦੇ ਨਾਲ। ਸੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਕੈਪਟਨ ਸਾਹਿਬ ਦੀ ਗੱਲ ਕਰਦੇ ਹਾਂ ਜੀ। ਕੈਪਟਨ ਸਾਹਿਬ ਨੇ ਫਿਰ ਤੋਂ ਇਸ ਗੱਲ ਦੇ ਬਾਰੇ ਚ ਜ਼ਿਕਰ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਂ ਪਾਰਟੀ ਦਾ ਐਲਾਨ ਕਰਾਂਗਾ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਉਹਨਾਂ ਦੇ ਵੱਲੋਂ ਜੋ ਗੱਲ ਕਹੀ ਗਈ ਹੈ ਇਹ ਕੋਈ ਨਵੀਂ ਵੀ ਨਹੀਂ ਤੇ ਪੰਜਾਬ ਦੇ ਲੋਕਾਂ ਨੂੰ ਇਸ ਮਾਮਲੇ ਦੇ ਉੱਤੇ ਕੋਈ ਹੈਰਾਨੀ ਵੀ ਨਹੀਂ, ਕਿਉਂਕਿ ਉਹ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਇੱਕੋ ਗੱਲ ਕਹੀ ਜਾਂਦੇ ਜੀ ਕਿ ਅਸੀਂ ਪਾਰਟੀ ਬਣਾਵਾਂਗੇ, ਅਸੀਂ ਜੇਕਰ ਕਿਸਾਨੀ ਮਸਲਾ ਹੱਲ ਹੋ ਗਿਆ ਤਾਂ ਫਿਰ ਬੀਜੇਪੀ ਦੇ ਨਾਲ ਗੱਠਜੋੜ ਵੀ ਕਰਾਂਗੇ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਕਿ ਢੀਂਡਸਿਆਂ ਤੇ ਬ੍ਰਹਮਪੁਰਾ ਦੀ ਜਿਹੜੀ ਪਾਰਟੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ, ਉਹਦੇ ਨਾਲ ਵੀ ਗੱਠਜੋੜ ਦੀ ਗੱਲ ਚੱਲ ਸਕਦੀ ਹੈ। ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੇ ਨਾਲ ਅਸੀਂ ਗੱਠਜੋੜ ਕਰਨ ਨੂੰ ਤਿਆਰ ਹਾਂ। ਸੋ ਇਸ ਲੜੀ ਦੇ ਵੱਲ ਉਹ ਵੱਧ ਰਹੇ ਆ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਵੇਲੇ ਮੈਂ ਸੋਚ ਰਿਹਾ ਵੀ 3 ਮਹੀਨੇ ਵੀ ਨਹੀਂ ਪੂਰੇ ਰਹੇ, ਕਿਉਂਕਿ ਆਹ ਮਹੀਨਾ ਤਾਂ ਸਮਝ ਲਓ ਨਿਕਲ ਗਿਆ ਤੇ ਅੱਜ 28 ਤਰੀਕ ਆ ਤੇ ਬਾਕੀ ਕੀ ਬਚਿਆ ਜੀ, ਨਵੰਬਰ ਤੇ ਦਸੰਬਰ, ਜਨਵਰੀ ਮਹੀਨੇ ਦੇ ਵਿੱਚ ਚੋਣ ਜ਼ਾਬਤਾ ਲੱਗ ਜਾਣਾ ਤੇ ਫਰਵਰੀ ਮਹੀਨੇ ਦੇ ਵਿੱਚ ਵੋਟਾਂ ਪੈਣੀਆਂ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਸਰਗਰਮੀ ਵਿੱਢਣੀ ਹੀ ਵਿੱਢਣੀ ਆ ਤੇ ਵਿੱਢ ਵੀ ਦਿੱਤੀ ਆ। ਪਹਿਲਾਂ ਇਉਂ ਜਾਪਦਾ ਸੀ ਵੀ ਲੰਘੇ, ਕੱਲ੍ਹ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਇਹਦੇ ਵਿੱਚ ਉਹ ਪਾਰਟੀ ਦਾ ਐਲਾਨ ਕਰ ਹੀ ਦੇਣਗੇ, ਪਰ ਉਹਨਾਂ ਨੇ ਪਾਰਟੀ ਦਾ ਐਲਾਨ ਨਹੀਂ ਕੀਤਾ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਪਾਰਟੀ ਬਣਾਵਾਂਗੇ, ਪਾਰਟੀ ਦਾ ਐਲਾਨ ਕਰਾਂਗੇ। ਉਹ ਪਾਰਟੀ ਦਾ ਨਾਂ ਕੀ ਹੋਊਗਾ ਤੇ ਪਾਰਟੀ ਦਾ ਚੋਣ ਨਿਸ਼ਾਨ ਕੀ ਹੋਊਗਾ ਇਹਦੇ ਬਾਬਤ ਉਹਨਾਂ ਨੇ ਕਿਹਾ ਜੀ ਕਿ ਅਸੀਂ ਤੁਹਾਨੂੰ ਬਹੁਤ ਜਲਦ ਦੱਸਾਂਗੇ। ਉਹਨਾਂ ਨੇ ਕਿਹਾ ਕਿ ਸਾਡੇ ਵਕੀਲਾਂ ਦੇ ਵੱਲੋਂ ਚੋਣ ਕਮਿਸ਼ਨ ਤੱਕ ਪਹੁੰਚ ਕਰਕੇ ਤੇ ਚੋਣ ਨਿਸ਼ਾਨ ਦੇ ਲਈ ਤੇ ਬਾਕੀ ਸਾਰੀਆਂ ਜਿਹੜੀਆਂ ਫਾਰਮੈਲਿਟੀਆਂ ਹੁੰਦੀਆਂ ਉਹ ਪੂਰੀਆਂ ਕਰਨ ਦੇ ਲਈ ਸਾਰਾ ਕੰਮ ਵਿੱਢ ਦਿੱਤਾ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੀ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਤੇ ਨਾਲ ਹੀ ਉਹਨਾਂ ਨੇ ਮਹੱਤਵਪੂਰਨ ਗੱਲ ਇਹ ਕਹੀ ਹੈ ਕਿ ਪੰਜਾਬ ਦੀ ਕਿਸਾਨੀ ਦਾ, ਦੇਸ਼ ਦੀ ਕਿਸਾਨੀ ਦਾ ਮਸਲਾ ਅਸੀਂ ਜਲਦ ਹੱਲ ਕਰਵਾ ਰਹੇ ਹਾਂ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਕੁਝ ਘੰਟਿਆਂ ਬਾਅਦ ਹੀ, ਕਿਉਂਕਿ ਉਹਨਾਂ ਨੇ ਕੱਲ੍ਹ ਇਹ ਗੱਲ ਕਹੀ ਸੀ ਜੀ ਕਿ ਅਸੀਂ ਅਗਲੇ ਦਿਨ ਜਾ ਕੇ ਅਮਿਤ ਸ਼ਾਹ ਨੂੰ ਵੀ ਮਿਲਾਂਗੇ, ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਨੂੰ। ਮੈਂ ਸੋਚਦਾ ਵੀ ਅਗਲੇ ਦਿਨ ਦੀ ਥਾਂ ਦੇ ਉੱਤੇ ਇਹ ਸ਼ਬਦ ਵਰਤਿਆ ਜਾਵੇ ਅੱਜ ਜਾਂ ਭਲਕ ਨੂੰ ਉਹ ਜਾ ਕੇ ਅਮਿਤ ਸ਼ਾਹ ਨੂੰ ਮਿਲਣਗੇ, ਕਿਉਂਕਿ ਦਿਨ ਥੋੜੇ ਆ ਵੋਟਾਂ ਦੇ ਵਿੱਚ। ਸੋ ਇਸ ਕਰਕੇ ਉਹ ਕਾਹਲੇ ਕਦਮੀ ਸਾਰਾ ਕੁਝ ਕਰਨਾ ਚਾਹੁੰਦੇ ਆ। ਇਹ ਹੁਣ ਵਕਤ ਦੱਸੂਗਾ ਉਹਨਾਂ ਦੀ ਪਾਰਟੀ ਦਾ ਨਾਂ ਕੀ ਆ, ਇਹ ਵਕਤ ਦੱਸੂਗਾ ਕਿਸਾਨੀ ਮਸਲਾ ਕਦੋਂ ਹੱਲ ਹੁੰਦਾ, ਇਹ ਵਕਤ ਦੱਸੂਗਾ ਭਾਜਪਾ ਦੇ ਨਾਲ ਉਹਨਾਂ ਦੀ ਕਿਹੜੇ ਤਰੀਕੇ ਦੇ ਤੌਰ ਤਰੀਕੇ ਦੇ ਨਾਲ ਸਹਿਮਤੀ ਬਣਦੀ ਹੈ, ਗੱਠਜੋੜ ਹੁੰਦਾ। ਇਹ ਵਕਤ ਦੱਸੂਗਾ ਹੋਰ ਕਿਹੜੇ ਕਿਹੜੇ ਰੁੱਸੇ ਹੋਏ ਲੋਕ ਉਹਨਾਂ ਦੇ ਨਾਲ ਆਉਂਦੇ ਆ। ਪਰ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਗੱਲ ਕਹੀ ਹੈ ਕਿ ਅਰੂਸਾ ਆਲਮ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਗਿਆ, 16 ਸਾਲ ਤੋਂ ਉਹ ਲਗਾਤਾਰ ਆ ਜਾ ਰਹੀ ਹੈ, ਪਰ ਇਹਨਾਂ ਦੇ ਵੱਲੋਂ ਹੁਣ ਉਹਨੂੰ ਬਦਨਾਮ ਕਰਕੇ ਤੇ ਮੈਨੂੰ ਬਦਨਾਮ ਕਰਕੇ ਕਿਹੜੀ ਖੱਟੀ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਲੋਕ ਸਾਰੇ ਸਾਰਾ ਕੁਝ ਜਾਣਦੇ ਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਹਿੱਤਾਂ ਦੀ ਖਾਤਰ ਜਿਹੜੇ ਵੀ ਨਾਲ ਤੁਰਨਾ ਚਾਹੁੰਦੇ ਆ ਉਹਨਾਂ ਸਾਰਿਆਂ ਨੇ ਅਸੀਂ ਸਵਾਗਤ ਕਰਦੇ ਹਾਂ ਜੀ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਰ ਕਿ ਚਾਹੇ ਹੁਣ ਕੈਪਟਨ ਸਾਹਿਬ ਨੇ ਆਪਣੇ ਰਾਹ ਵੀ ਅੱਡ ਕਰ ਲਏ ਨੇ, ਕਾਂਗਰਸ ਤੋਂ ਵੀ, ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਵੀ, ਕਾਂਗਰਸ ਹਾਈਕਮਾਨ ਤੋਂ ਵੀ, ਪਰ ਫਿਰ ਵੀ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰੀ ਦਖਲ ਅੰਦਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ, ਕਿਉਂਕਿ ਫਿਰ ਤੋਂ ਉਹਨਾਂ ਦਾ ਟਵੀਟ ਇੱਕ ਸਾਹਮਣੇ ਆਇਆ। ਉਹ ਕਹਿੰਦੇ ਨੇ ਕਿ ਕੈਪਟਨ ਨੇ ਪਹਿਲਾਂ ਪਾਰਟੀ ਬਣਾਈ ਸੀ ਤੇ ਉਹਦਾ ਹਸ਼ਰ ਸਾਰੇ ਜਾਣਦੇ ਨੇ, ਹੁਣ ਬਣਾਉਣ ਦਾ ਕੋਈ ਫਰਕ ਹੀ ਨਹੀਂ ਪੈਂਦਾ। ਦੇਖੋ ਜੀ, ਗੱਲ ਇਹ ਵੀ ਜਦੋਂ ਸ਼ਰੀਕੇ ਭਾਈਚਾਰੇ ਦੀ ਗੱਲ ਚੱਲ ਪੈਂਦੀ ਹੈ ਨਾ, ਫਿਰ ਬਹੁਤ ਕੁਝ ਹੁੰਦਾ। ਨਵਜੋਤ ਸਿੰਘ ਸਿੱਧੂ ਤੇ ਬਾਕੀ ਜਿਹੜੇ ਹੈਗੇ ਆ ਉਹਨਾਂ ਦੇ ਹਮਖਿਆਲ ਸਾਥੀ ਜਾਂ ਜਿਹੜੇ ਸਿੱਧੂ ਦੇ ਵੀ ਵਿਰੋਧੀ ਆ, ਇਸ ਵੇਲੇ ਉਹ ਕੈਪਟਨ ਅਮਰਿੰਦਰ ਸਿੰਘ ਦੇ 100% ਖਿਲਾਫ ਆ। ਨਵਜੋਤ ਸਿੰਘ ਸਿੱਧੂ ਨੇ ਕੱਲ ਇਹ ਗੱਲ ਕਹੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਵੀ ਪਾਰਟੀ ਬਣਾਈ ਸੀ ਤੇ ਉਦੋਂ ਵੀ ਰੱਜ ਕੇ ਜਲੂਸ ਨਿਕਲਿਆ ਤੇ ਹੁਣ ਇੱਕ ਵਾਰ ਫਿਰ ਇਹਨਾਂ ਦਾ ਪਤਾ ਲੱਗੂਗਾ ਜੀ ਕਿ ਇਹ ਕਿੰਨੇ ਕੁ ਪਾਣੀ ਦੇ ਵਿੱਚ ਹੈਗੇ ਆ। ਇਹ ਗੱਲ ਸੱਚੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹਨਾਂ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਇਹ ਆਪਣੀ ਥਾਂ ਦੇ ਉੱਤੇ ਸੱਚੀ ਹੈ, ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਪੰਥਕ ਅਕਾਲੀ ਦਲ ਆ ਜਿਹੜਾ ਉਹਨਾਂ ਦੇ ਵੱਲੋਂ ਬਣਾਇਆ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਤੇ ਉਹ ਪੰਥਕ ਅਕਾਲੀ ਦਲ ਆ ਜਿਹੜਾ ਤੇ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੋਈ ਪਰਫਾਰਮੈਂਸ ਬਹੁਤੀ ਵਧੀਆ ਨਹੀਂ ਸੀ ਦਿੱਤੀ ਗਈ, ਹੁਣ ਇਸ ਤਰੀਕੇ ਦੇ ਨਾਲ ਹੀ ਹੁਣ ਪ੍ਰਤੀਤ ਹੁੰਦਾ ਅਸਲ ਦੇ ਵਿੱਚ ਕਿ ਹਾਲਾਤ ਬੇਸ਼ੱਕ ਬਦਲ ਗਏ ਆ, ਦਹਾਕੇ ਕਈ ਨਿਕਲ ਚੁੱਕੇ ਆ, ਪਰ ਪੰਥਕ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਕੋਈ ਸਫਲਤਾ ਨਹੀਂ ਸੀ ਮਿਲੀ ਕੈਪਟਨ ਅਮਰਿੰਦਰ ਸਿੰਘ ਨੂੰ। ਸ਼ਾਇਦ ਇਸੇ ਕਰਕੇ ਹੀ ਨਵਜੋਤ ਸਿੰਘ ਸਿੱਧੂ ਨੇ ਇਹ ਟਿੱਪਣੀ ਕੀਤੀ ਹੈ ਕਿ ਇਹਨਾਂ ਦੇ ਪਿੜ ਪੱਲੇ ਕੁਝ ਨਹੀਂ ਗਾ, ਇਹਨਾਂ ਨੇ ਕੁਝ ਨਹੀਂ ਕਰਨਾ ਗਾ,
ਪੰਜਾਬ ਦੇ ਲੋਕ ਇਹਨਾਂ ਬਾਰੇ ਜਾਣਦੇ ਆ, ਪੰਜਾਬ ਦੇ ਲੋਕਾਂ ਨੇ ਮਸਲਾ ਕੋਈ ਹੱਲ ਨਹੀਂ ਕੀਤਾ, ਨਵੀਂ ਪਾਰਟੀ ਬਣਾ ਕੇ ਦੇਖ ਲੈਣ ਤੇ ਹੁਣ ਵੀ ਇਹਨਾਂ ਦੇ ਪਿੜ ਪੱਲੇ ਕੁਝ ਨਹੀਂ ਪੈਣਾ ਗਾ, ਉਹਨਾਂ ਦੇ ਕਹਿਣ ਦਾ ਮਤਲਬ ਸ਼ਾਇਦ ਇਹ ਹੈ ਜੀ। ਜੀ, ਤੇ ਦੂਸਰੇ ਪੱਲੇ ਸਰ, ਜਿਹੜੀ ਕੈਪਟਨ ਸਾਹਿਬ ਨੇ ਕਾਨਫਰੰਸ ਕੀਤੀ ਹੈ, ਉਸ ਤੋਂ ਬਾਅਦ ਦੇ ਵਿੱਚ ਹੁਣ ਭਾਜਪਾ ਨੇ ਕੈਪਟਨ ਸਾਹਿਬ ਦੀ ਕਾਫੀ ਪਿੱਠ ਵੀ ਥਪਥਪਾਈ ਹੈ, ਪਰ ਦੂਸਰੇ ਬੰਨੇ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ। ਉਹ ਕਹਿੰਦੇ ਨੇ ਕਿ ਖੁਦ ਦਾ ਪਹਾੜ ਤੇ ਨਿਕਲਿਆ ਚੂਹਾ ਇਸ ਕਾਨਫਰੰਸ ਦੇ ਵਿੱਚੋਂ ਕੱਢਣ ਪਾਉਣ ਦੇ ਲਈ ਕੱਖ ਵੀ ਨਹੀਂ ਸੀ। ਹਾਂ ਬਿਲਕੁਲ ਜੀ, ਆਮ ਆਦਮੀ ਪਾਰਟੀ ਨੇ ਵੀ ਇਹ ਗੱਲ ਕਹੀ ਹੈ ਤੇ ਬਾਕੀ ਸਾਰੀਆਂ ਸਿਆਸੀ ਧਿਰਾਂ ਨੇ ਵੀ ਇਹੀ ਗੱਲ ਆਖੀ ਹੈ, ਕਿਉਂਕਿ ਦੇਖੋ ਗੱਲ ਇਹ ਵੀ ਸ਼ਰੀਕੇ ਭਾਈਚਾਰੇ ਦੀ ਹੈ। ਸ਼ਰੀਕਾ ਭਾਈਚਾਰਾ ਜਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਵਿਅੰਗ ਮਿਹਣੇ ਕੱਸਦਾ ਹੁੰਦਾ, ਇਹ ਉਵੇਂ ਹੈ। ਦੇਖੋ ਇਹ ਗੱਲ ਸਾਫ਼ ਤੇ ਸਪਸ਼ਟ ਹੈ ਵੀ ਕੈਪਟਨ ਅਮਰਿੰਦਰ ਸਿੰਘ ਉਮੀਦਾਂ ਦੇ ਉੱਤੇ ਖਰੇ ਨਹੀਂ ਉਤਰੇ। 4.5 ਸਾਲ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਤਲੀ ਦੇ ਉੱਤੇ ਸਰੋਂ ਜਮਾ ਕੇ ਨਹੀਂ ਦਿਖਾਏ, ਜਿਹਦੇ ਕਰਕੇ ਹਾਲਾਤ ਆ ਜਿਹੜੇ ਉਹ ਅੱਜ ਵਾਲੇ ਪੈਦਾ ਹੋਏ ਆ। ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਪਿਛਲੀ ਟਰਮ ਦੇ ਵਿੱਚ ਸਰਕਾਰ ਸੀ, ਕਿਉਂਕਿ ਦੂਜੀ ਵਾਰ ਮੁੱਖ ਮੰਤਰੀ ਬਣੇ ਸੀਗੇ, ਜਦੋਂ ਪਿਛਲੀ ਵਾਰ ਬਣੇ ਸੀ ਉਦੋਂ ਵਾਲੇ ਤੇ ਹੁਣ ਵਾਲੇ ਕਾਰਜਕਾਲ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਰਿਹਾ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਜੋ ਕੰਮ ਕਰਕੇ ਦਿਖਾਏ ਉਹਦੇ ਉੱਤੇ ਯਕੀਨ ਕਰਦਿਆਂ ਇੱਕ ਵਾਰੀ ਉਹਨਾਂ ਨੂੰ ਫਿਰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ, ਪਰ ਐਤਕੀ ਪਤਾ ਨਹੀਂ ਕਿਹੜੀ ਗੱਲੋਂ ਉਹ ਚੁੱਪ ਰਹੇ, ਸੁੱਤੇ ਜੇ ਰਹੇ, ਆਪਦੇ ਫਾਰਮ ਹਾਊਸ ਸਿਸਵਾਂ ਫਾਰਮ ਹਾਊਸ ਤੋਂ ਸਰਕਾਰ ਚਲਾਉਂਦੇ ਰਹੇ, ਤੇ ਹੁਣ ਸਿਆਸੀ ਸ਼ਰੀਕ ਆ ਜਿਹੜੇ ਉਹਨਾਂ ਦੇ ਵੱਲੋਂ ਵਿਅੰਗ ਕਰਨ ਦਾ ਮੌਕਾ ਵੀ ਮਿਲਿਆ ਉਹਨਾਂ ਨੂੰ, ਤੇ ਉਹਨਾਂ ਨੇ ਇਸ ਮੌਕੇ ਦਾ ਭਰਪੂਰ ਫਾਇਦਾ ਵੀ ਲੈਣਾ। ਆਮ ਆਦਮੀ ਪਾਰਟੀ ਨੇ ਗੱਲ ਕਹੀ ਹੈ, ਲੰਘੇ ਕੱਲ ਹਰਪਾਲ ਸਿੰਘ ਚੀਮਾ ਹੋਰਾਂ ਨੇ, ਅਮਨ ਅਰੋੜਾ ਹੋਰਾਂ ਨੇ, ਹੋਰ ਵੱਖ ਵੱਖ ਸਿਆਸੀ ਆਗੂਆਂ ਨੇ, ਉਹ ਕਹਿੰਦੇ ਜੀ ਕਿ ਪੱਟਿਆ ਪਹਾੜ ਨਿਕਲਿਆ ਚੂਹਾ ਤੇ ਉਹ ਵੀ ਮਰਿਆ। ਉਹ ਕਹਿੰਦੇ ਜੀ ਕਿ ਬਿਲਕੁਲ ਉਸ ਤਰੀਕੇ ਦੀ ਗੱਲ ਹੋਈ ਆ, ਅਸੀਂ ਇਹ ਸੋਚਦੇ ਰਹੇ ਜੀ ਕਿ ਬਹੁਤ ਕੋਈ ਵੱਡਾ ਸਿਆਸੀ ਧਮਾਕਾ ਕਰਨਗੇ, ਪਰ ਇਹਨਾਂ ਨੇ ਤਾਂ ਇਹੀ ਗੱਲ ਕਹੀ ਹੈ ਜੀ ਕਿ ਜਲਦ ਅਸੀਂ ਸਿਆਸੀ ਪਾਰਟੀ ਦਾ ਐਲਾਨ ਕਰਾਂਗੇ, ਜਲਦ ਅਸੀਂ ਗਠਜੋੜ ਕਰਾਂਗੇ, ਜਲਦ ਅਸੀਂ ਚੋਣ ਨਿਸ਼ਾਨ ਲੈ ਕੇ ਆਵਾਂਗੇ। ਇਹ ਤਾਂ ਸਿਰਫ ਤੇ ਸਿਰਫ ਨਾ ਕਮਿੰਗ ਸੂਨ ਵਾਲੀਆਂ ਗੱਲਾਂ ਜੀਆਂ, ਪਿੜ ਪੱਲੇ ਕੁਝ ਨਹੀਂ ਗਾ ਕੈਪਟਨ ਅਮਰਿੰਦਰ ਸਿੰਘ ਦੇ, ਇਹ ਬਸ ਹੁਣ ਚੱਲਿਆ ਹੋਇਆ ਕਾਰਤੂਸ ਆ ਜੀ। ਤੇ ਸਰ, ਜਿੱਥੋਂ ਤੱਕ ਗਠਜੋੜ ਦੀ ਗੱਲ ਹੈ, ਕਿਉਂਕਿ ਹਰ ਪਾਸੇ ਇਸ ਚੀਜ਼ ਦੀ ਚਰਚਾ ਵੀ ਚੱਲਦੀ ਹੈ ਵੀ ਆਖਿਰਕਾਰ ਕੈਪਟਨ ਸਾਹਿਬ ਪਾਰਟੀ ਬਣਾਉਣ ਤੋਂ ਬਾਅਦ ਕਿਹਦੇ ਕਿਹਦੇ ਨਾਲ ਗਠਜੋੜ ਕਰਦੇ ਨੇ, ਸੋ ਗਠਜੋੜ ਦੀ ਜਿੱਥੋਂ ਤੱਕ ਗੱਲ ਹੈ ਉੱਥੇ ਇਹ ਵੀ ਚਰਚਾ ਚੱਲੀ ਹੈ ਕਿ ਢੀਂਡਸਾ ਹੋਰਾਂ ਦੇ ਨਾਲ ਗਠਜੋੜ ਹੋਣਾ, ਪਰ ਇਸ ਉੱਪਰ ਢੀਂਡਸਾ ਹੋਰਾਂ ਦਾ ਬਿਆਨ ਸਾਹਮਣੇ ਆਇਆ। ਉਹ ਕਹਿੰਦੇ ਨੇ ਕਿ ਬਿਨਾਂ ਕਿਸਾਨੀ ਮਸਲੇ ਦੇ ਹੱਲ ਦੇ ਗਠਜੋੜ ਬਹੁਤ ਦੂਰ ਦੀ ਗੱਲ ਹੈ, ਪਹਿਲਾਂ ਕਿਸਾਨੀ ਮਸਲਾ ਹੱਲ ਹੋਊਗਾ, ਉਸ ਤੋਂ ਬਾਅਦ ਚ ਗਠਜੋੜ ਦੇ ਬਾਰੇ ਚ ਸੋਚਿਆ ਜਾਊਗਾ। ਬਿਲਕੁਲ ਜੀ, ਜਿਹੜੀ ਗੱਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਹੀ ਹੈ ਨਾ, ਉਹ ਆਪਣੀ ਥਾਂ ਦੇ ਉੱਤੇ 100% ਸਹੀ ਹੈ। ਉਹਦਾ ਕਾਰਨ ਇਹ ਹੈਗਾ ਅਸਲ ਦੇ ਵਿੱਚ ਕਿ ਭਾਵੇਂ ਸੁਖਦੇਵ ਸਿੰਘ ਢੀਂਡਸਾ ਤੇ ਭਾਵੇਂ ਕੋਈ ਵੀ ਹੋਰ ਪੰਜਾਬ ਦੀ ਸਿਆਸੀ ਪਾਰਟੀ ਆ, ਜੇਕਰ ਉਹਨੇ ਬੀਜੇਪੀ ਦੇ ਨਾਲ ਸਹਿਮਤੀ ਪ੍ਰਗਟਾਉਣੀ ਹੈ, ਬੀਜੇਪੀ ਦੇ ਨਾਲ ਗਠਜੋੜ ਕਰਨਾ, ਤਾਂ ਸਭ ਤੋਂ ਪਹਿਲਾਂ ਤਾਂ ਕਿਸਾਨੀ ਮਸਲਾ ਹੱਲ ਹੋਣਾ ਚਾਹੀਦਾ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਲਈ ਵੀ ਜ਼ਰੂਰੀ ਹੈ, ਇਹ ਗੱਲ ਸੁਖਦੇਵ ਸਿੰਘ ਢੀਂਡਸਾ ਵਾਸਤੇ ਵੀ ਜ਼ਰੂਰੀ ਹੈ। ਜੇਕਰ ਕੋਈ ਹੋਰ ਛੋਟੀ ਵੱਡੀ ਸਿਆਸੀ ਪਾਰਟੀ ਇਹਦੇ ਨਾਲ ਜੁੜਨਾ ਚਾਹੁੰਦੀ ਹੈ, ਬੀਜੇਪੀ ਦੇ ਨਾਲ ਪੈਰ ਲਾਉਣਾ ਚਾਹੁੰਦੀ ਹੈ, ਪੈਰ 'ਚ ਪੈਰ ਧਰਨਾ ਚਾਹੁੰਦੀ ਹੈ, ਬਰਾਬਰ ਤੁਰਨਾ ਚਾਹੁੰਦੀ ਹੈ, ਤਾਂ ਇਹ ਪਹਿਲਾਂ ਕਿਸਾਨੀ ਮਸਲਾ ਹੱਲ ਹੋਣਾ ਜ਼ਰੂਰੀ ਹੈ। ਕਿਸਾਨ ਤਪੇ ਪਏ ਆ, ਪੰਜਾਬ ਦੀ 70% ਆਬਾਦੀ ਹੈ ਜਿਹੜੀ ਉਹ ਕਿਸਾਨੀ ਭਾਈਚਾਰੇ ਨਾਲ ਸੰਬੰਧਿਤ ਹੈ। ਉੱਧਰ ਜੇ ਆਪਾਂ ਯੂਪੀ ਦੀ ਗੱਲ ਕਰ ਲਈਏ ਤਾਂ ਯੂਪੀ ਦੇ ਵਿੱਚ ਵੀ ਸਿਖਰ ਦੇ ਉੱਤੇ ਕਿਸਾਨ ਅੰਦੋਲਨ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਬੀਜੇਪੀ ਨੂੰ ਜਾਂ ਉਹਨਾਂ ਦੇ ਨਾਲ ਮਿਲ ਕੇ ਚੱਲਣ ਵਾਲਿਆਂ ਨੂੰ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਵੜਨ ਦੇ ਲਈ ਆਪਣਾ ਆਧਾਰ ਬਣਾਉਣਾ ਪਊਗਾ, ਕਿਉਂਕਿ ਹਾਲ ਦੀ ਘੜੀ ਤਾਂ ਵੜ ਵੀ ਨਹੀਂ ਸਕਦੇ, ਰੈਲੀ ਨਹੀਂ ਕਰ ਸਕਦੇ, ਪਿੰਡਾਂ ਦੇ ਵਿੱਚ ਬੋਰਡ ਲੱਗੇ ਹੋਏ ਆ ਵੀ ਭਾਈ ਜੇਕਰ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ, ਖਾਸ ਕਰਕੇ ਬੀਜੇਪੀ ਦਾ ਕੋਈ ਨੇਤਾ ਵੜਿਆ, ਤਾਂ ਉਹ ਆਪਦੀ ਜਿਵੇਂ ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਤੇ ਉਵੇਂ ਉਹਦਾ ਹੱਲ ਹੋਊਗਾ। ਸੋ ਇਸ ਕਰਕੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗਠਜੋੜ ਦੀ ਗੱਲ ਉਦੋਂ ਤੁਰੂਗੀ ਜਦੋਂ ਉਹਨਾਂ ਦੇ ਵੱਲੋਂ ਕਿਸਾਨੀ ਮਸਲੇ ਨੂੰ ਹੱਲ ਕਰਵਾ ਦਿੱਤਾ ਜਾਊਗਾ। ਤੇ ਇਹ ਗੱਲ ਪੱਕੀ ਆ ਵੀ ਕਿਸਾਨੀ ਮਸਲਾ ਕੈਪਟਨ ਅਮਰਿੰਦਰ ਸਿੰਘ ਨੇ ਹੱਲ ਕਰਵਾਉਣਾ ਹੀ ਕਰਵਾਉਣਾ। ਤੇ ਇਹ ਵੀ ਗੱਲ ਪੱਕੀ ਆ ਵੀ ਸੁਖਦੇਵ ਸਿੰਘ ਢੀਂਡਸਾ ਤੇ ਬ੍ਰਹਮਪੁਰਾ ਦਾ ਧੜਾ ਜਿਹੜਾ ਉਹਨੇ ਨਾਲ ਤੋਰੀ ਪੈਣਾ, ਕਿਉਂਕਿ ਇਸ ਤੋਂ ਪਹਿਲਾਂ ਢੀਂਡਸਾ ਗਰੁੱਪ ਆ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰਨ ਨੂੰ ਤਿਆਰ ਸੀ, ਪਰ ਬਾਅਦ ਦੇ ਵਿੱਚ ਸੀਟਾਂ ਦੀ ਵੰਡ ਦੇ ਉੱਤੇ ਰੌਲਾ ਸੀ, ਕਈ ਤਰ੍ਹਾਂ ਦੀਆਂ ਹੋਰ ਰੌਲੇਬਾਜ਼ੀਆਂ ਸੀ, ਜਿਹਦੇ ਕਰਕੇ ਇਹ ਸਿਆਸੀ ਗੱਲ ਸਿਰੇ ਨਹੀਂ ਸੀ ਲੱਗੀ। ਸ਼ਾਇਦ ਤੁਹਾਨੂੰ ਚੇਤੇ ਹੋਵੇ ਇੱਕ ਵਾਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਨਾ ਅਸੀਂ ਗਠਜੋੜ ਕੀਤਾ ਤੇ ਨਾ ਕਿਸੇ ਨਾਲ ਕਰਨਾ। ਉਸ ਤੋਂ ਪਹਿਲਾਂ ਮੀਟਿੰਗਾਂ ਦਾ ਦੌਰ ਵੀ ਚੱਲ ਪਿਆ ਸੀ ਇਹਨਾਂ ਦਾ ਆਪਸ ਦੇ ਵਿੱਚ, ਪਰ ਬਾਅਦ ਦੇ ਵਿੱਚ ਗਿਣਤੀਆਂ ਮਿਣਤੀਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਘਾਟਾ ਵਾਧਾ ਰਹਿ ਗਈਆਂ ਸੀ। ਸੋ ਢੀਂਡਸਾ ਗਰੁੱਪ ਆਪਣੇ ਤੌਰ ਦੇ ਉੱਤੇ ਪੂਰੇ ਪੰਜਾਬ 'ਚ 117 ਬੰਦੇ ਬਿਲਕੁਲ ਨਹੀਂ ਖੜੇ ਕਰ ਸਕਦਾ, ਉਹਨਾਂ ਨੂੰ ਪਤਾ ਜੀ ਕਿ ਸਾਡਾ ਆਪਣੇ ਤੌਰ ਦੇ ਉੱਤੇ ਆਧਾਰ ਕਿੰਨਾ ਕਾ। ਸੋ ਇਸ ਕਰਕੇ ਕਿਸੇ ਨਾ ਕਿਸੇ ਧਿਰ ਦੀ ਉਹਨਾਂ ਨੂੰ ਵੀ ਲੋੜ ਹੈ, ਤੇ ਇਹ ਮੈਨੂੰ ਲੱਗਦਾ ਵੀ ਇਹ ਲੋੜ ਇਵੇਂ ਪੂਰੀ ਹੋਊਗੀ। ਬਾਕੀ ਗੱਲ ਇਹ ਹੈ ਜੀ ਕਿ ਹੁਣ ਜਦੋਂ ਵੋਟਾਂ ਦੇ ਵਿੱਚ ਸਮਾਂ ਥੋੜ੍ਹਾ ਰਹਿ ਗਿਆ
ਤੇ ਸਭ ਦਾ ਧਿਆਨ ਇਹ ਹੈ ਜੀ ਕਿ ਅਸੀਂ ਸਨਮਾਨਯੋਗ ਹਾਰ ਹੀ ਹਾਸਲ ਕਰ ਲਈਏ, ਸਨਮਾਨਯੋਗ ਜਿੱਤ ਹਾਸਲ ਕਰਨਾ ਚਲੋ ਹਰ ਕੋਈ ਚਾਹੁੰਦਾ। ਮੈਂ ਸੋਚਦਾ ਵੀ ਜਿਹੜੀਆਂ ਛੋਟੀਆਂ ਮੋਟੀਆਂ ਸਿਆਸੀ ਧਿਰਾਂ ਹੈਗੀਆਂ ਜਿਹੜੀਆਂ ਕਿ ਖੁਦ ਨੂੰ ਬਹੁਤ ਵੱਡੀਆਂ ਸਮਝਦੀਆਂ ਪਰ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਨਹੀਂ ਸਮਝਦੇ, ਉਹਨਾਂ ਨੂੰ ਜੇਕਰ ਸਨਮਾਨਯੋਗ ਵੋਟਾਂ ਮਿਲ ਜਾਂਦੀਆਂ ਇੱਜ਼ਤਦਾਰ ਤਰੀਕੇ ਦੇ ਨਾਲ, ਸਨਮਾਨਜਨਕ ਤਰੀਕੇ ਦੇ ਨਾਲ ਵੀ ਹਾਰ ਹੁੰਦੀ ਆ, ਤਾਂ ਮੈਂ ਸੋਚਦਾ ਵੀ ਇਹ ਵੀ ਉਹਨਾਂ ਦੀ ਇੱਕ ਵੱਡੀ ਪ੍ਰਾਪਤੀ ਆ। ਹੁਣ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਪਾਰਟੀਆਂ ਆਪਾਂ 4-5 ਹੀ ਜਾਣਦੇ ਹਾਂ, ਪਰ ਉਦਾਂ ਤਾਂ ਪੰਜਾਬ ਦੇ ਵਿੱਚ ਕਈ ਦਰਜਨ ਪਾਰਟੀਆਂ ਹੈਗੀਆਂ। ਸੋ ਲੱਗਦਾ ਜੀ ਕਿ ਐਤਕੀ ਦੀਆਂ ਚੋਣਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਕੁਝ ਵੱਖਰਾ ਲੈ ਕੇ ਆਉਣਗੀਆਂ, ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਵੀ ਸ਼ਾਇਦ ਖਾਸ ਕਰਕੇ ਨੌਜਵਾਨ ਵਰਗਾ ਜਿਹੜਾ ਉਹ ਐਤਕੀ ਫੈਸਲਾ ਕੋਲ ਲੜਾਈ ਲੜੂਗਾ ਜੀ। ਤੇ ਸਰ ਇੱਕ ਪਾਸੇ ਤਾਂ ਚਰਚਾ ਚੱਲ ਰਹੀ ਹੈ ਕਿ ਕਿਸਾਨੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਕਿਸਾਨੀ ਕਾਨੂੰਨ ਰੱਦ ਹੋ ਜਾਣਗੇ, ਹਰ ਪਾਸੇ ਇਸ ਚੀਜ਼ ਦੀ ਚਰਚਾ, ਪਰ ਫਿਰ ਵੀ ਰਾਮਦਾਸ ਅਠਾਵਲੇ ਕਿਹੋ ਜਿਹਾ ਨਾਂ ਹੈ ਜਿਹਨੇ ਕਦੇ ਵੀ ਸਿੱਧੀ ਗੱਲ ਨਹੀਂ ਕੀਤੀ, ਹਮੇਸ਼ਾ ਕੋਈ ਨਾ ਕੋਈ ਪੁੱਠਾ ਬਿਆਨ ਇਸ ਸ਼ਖਸ ਦੇ ਵੱਲੋਂ ਜ਼ਰੂਰ ਸਾਹਮਣੇ ਆਉਂਦਾ ਹੈ। ਹੁਣ ਵੀ ਇਹਨੇ ਬਿਆਨ ਦਿੱਤਾ ਹੈ, ਕਹਿੰਦੇ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਦੇਖੋ ਜੀ, ਗੱਲ ਇਹ ਆ ਵੀ ਕੋਈ ਵੀ ਸਿਆਸੀ ਪਾਰਟੀ ਹੋਵੇ, ਕੋਈ ਕਾਂਗਰਸ ਦੀ ਸਰਕਾਰ ਹੋਵੇ, ਕੋਈ ਸਮਾਜਵਾਦੀ ਪਾਰਟੀ ਦੀ ਹੋਵੇ, ਬਸਪਾ ਦੀ ਹੋਵੇ, ਭਾਜਪਾ ਦੀ ਹੋਵੇ, ਅਕਾਲੀ ਦਲ ਦੀ ਹੋਵੇ, ਕਿਸੇ ਵੀ ਹੋਰ ਪਾਰਟੀ ਦੀ ਹੋਵੇ, ਕਿਸੇ ਵੀ ਸੂਬੇ 'ਚ ਹੋਵੇ, ਉਹ ਲਕੀਰ ਖਿੱਚ ਕੇ ਨਹੀਂ ਚੱਲਿਆ ਜਾਂਦਾ ਗਾ। ਸਰਕਾਰਾਂ ਲਿਖਣਾ ਵੀ ਚਾਹੀਦਾ ਉਹਨਾਂ ਨੂੰ, ਤੇ ਸਰਕਾਰਾਂ ਨੂੰ ਆਪਣੀ ਮਨਾਉਣੀ ਵੀ ਚਾਹੀਦੀ ਹੈ ਤੇ ਮੰਨਣੀ ਵੀ ਚਾਹੀਦੀ ਹੈ। ਸਰਕਾਰਾਂ ਗੁੰਡਾ ਨਹੀਂ ਹੁੰਦੀਆਂ ਗੀਆਂ, ਸਰਕਾਰਾਂ ਇਹ ਨਹੀਂ ਹੁੰਦੀਆਂ ਵੀ ਜੋ ਅਸੀਂ ਕਹਿਤਾ ਕਹਿਤਾ, ਕਿਹਾ ਵੀ ਤਾਂ ਲੋਕਾਂ ਦੇ ਵਾਸਤੇ ਹੁੰਦਾ ਨਾ ਵੀ ਅਸੀਂ ਲੋਕਾਂ ਦੇ ਸੇਵਕ ਹਾਂ, ਇਹ ਕਹਿ ਕੇ ਆਏ ਹੁੰਦੇ ਆ। ਬਾਅਦ ਦੇ ਵਿੱਚ ਜੇਕਰ ਆਪਾਂ ਲਕੀਰ ਖਿੱਚ ਲਈਏ ਵੀ ਅਸੀਂ ਤਾਂ ਕਹਿਤਾ ਨਾ, ਤੇ ਫਿਰ ਕਹਿਤਾ, ਹੁਣ ਨਹੀਂ ਇਹ ਬਦਲਿਆ ਜਾਂਦਾ। ਇਹ ਕੋਈ ਪੱਥਰ ਤੇ ਲਕੀਰ ਵਾਲੀ ਗੱਲ ਨਹੀਂ ਹੁੰਦੀ, ਕਿਉਂਕਿ ਜੇਕਰ ਪੱਥਰ ਤੇ ਲਕੀਰ ਲੋਕ ਖਿੱਚ ਲੈਣ ਤੇ ਫਿਰ ਸਰਕਾਰਾਂ ਦਾ ਵੀ ਜਲੂਸ ਨਿਕਲ ਜਾਂਦਾ, ਜਿਵੇਂ ਕਿ ਇਸ ਵੇਲੇ ਬੀਜੇਪੀ ਦਾ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਨਿਕਲਿਆ ਵੀ ਆ। ਰਾਮਦਾਸ ਅਠਾਵਲੇ ਵੀ ਬੀਜੇਪੀ ਦੇ ਉਹਨਾਂ ਨੇਤਾਵਾਂ ਦੇ ਵਿੱਚੋਂ ਇੱਕ ਹੈ ਜਿਹੜੇ ਸਮੇਂ ਸਮੇਂ ਦੇ ਉੱਤੇ ਊਲ ਜਲੂਲ ਬਿਆਨਬਾਜ਼ੀ ਕਰਕੇ ਬੀਜੇਪੀ ਦੇ ਨੱਕ ਦੇ ਵਿੱਚ ਦਮ ਕਰਦੇ ਆ। ਇਹ ਬਿਲਕੁਲ ਸੁਰਜੀਤ ਕੁਮਾਰ ਜੈਣੀ ਤੇ ਹਰਜੀਤ ਗਰੇਵਾਲ ਵਰਗੇ ਆ। ਉਹ ਵੱਖਰੀ ਗੱਲ ਹੈ ਜੀ ਕਿ ਜੈਣੀ ਤੇ ਗਰੇਵਾਲ ਪੰਜਾਬ ਪੱਧਰੀ ਆ ਬੀਜੇਪੀ ਦੇ ਨੇਤਾ, ਜਿਹੜੇ ਕਿ ਇਹਨਾਂ ਵਿਰੋਧਾਂ ਦੇ ਕਰਕੇ ਤੇ ਇਹਨਾਂ ਊਲ ਜਲੂਲ ਗੱਲਾਂ ਕਰਕੇ ਉਭਰੇ ਆ ਪੰਜਾਬ ਦੇ ਵਿੱਚ, ਨਹੀਂ ਤਾਂ ਪਹਿਲਾਂ ਕੋਈ ਜਾਣਦਾ ਨਹੀਂ ਸੀ। ਤੇ ਇਹ ਜਿਹੜੇ ਰਾਮਦਾਸ ਅਠਾਵਲੇ ਆ ਕੇਂਦਰੀ ਮੰਤਰੀ ਹੈਗੇ ਆ ਮੋਦੀ ਸਰਕਾਰ ਦੇ ਵਿੱਚ, ਉਹ ਕਹਿੰਦੇ ਜੀ ਇਹ ਤਾਂ ਗੱਲ ਦੋ ਟੁੱਕ ਕਲੀਅਰ ਆ ਵੀ ਇਹ ਕਾਨੂੰਨ ਨਹੀਂ ਬਿਲਕੁਲ ਵਾਪਸ ਹੋਣੇ ਗਏ, ਇਹਨਾਂ ਕਾਨੂੰਨਾਂ ਦੇ ਵਾਪਸ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹ ਤਾਂ ਕਾਨੂੰਨ ਹੈ ਹੀ ਬਹੁਤ ਚੰਗੇ, ਇਹ ਤਾਂ ਕਾਨੂੰਨ ਹੈ ਹੀ ਕਿਸਾਨੀ ਬਚਾਉਣ ਦੇ ਲਈ, ਇਹ ਤਾਂ ਮੋਦੀ ਸਰਕਾਰ ਨੇ ਬਣਾਇਆ ਹੀ ਬੜੇ ਸੋਚ ਸਮਝ ਕੇ ਆ। ਸੋ ਦੇਖੋ ਅਠਾਵਲੇ ਵਰਗੇ ਲੋਕਾਂ ਨੇ ਕਿਹੜੀ ਖੇਤੀ ਕੀਤੀ ਆ? ਅਠਾਵਲੇ ਨੂੰ ਕਦੋਂ ਆਪਾਂ ਝੋਨਾ ਲਾਉਂਦੇ ਵੇਖਿਆ? ਅਠਾਵਲੇ ਕਦੋਂ ਗੰਨੇ ਦੀ ਖੇਤੀ ਕਰਦਾ ਰਿਹਾ? ਅਠਾਵਲੇ ਕਦੋਂ ਸਬਜ਼ੀਆਂ ਦੀ ਖੇਤੀ ਕਰਦਾ ਰਿਹਾ? ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਇਹ ਬੀਜੇਪੀ ਦੇ ਲਈ ਹੋਰ ਵੀ ਕੰਡੇ ਬੀਜਣ ਵਾਲੀ ਗੱਲ ਆ। ਜੇਕਰ ਬੀਜੇਪੀ ਇਹ ਚਾਹੁੰਦੀ ਹੈ ਜੀ ਕਿ ਅਸੀਂ ਕਿਸਾਨੀ ਮਸਲਾ ਹੱਲ ਕਰਕੇ ਵੱਖ ਵੱਖ ਸੂਬਿਆਂ ਦੇ ਵਿੱਚ ਰਾਹ ਪੱਧਰਾ ਕਰੀਏ ਆਪਣੇ ਵਿਚਰਨ ਦਾ, ਤੇ ਫਿਰ ਉਹਨਾਂ ਨੂੰ ਆਪਣੇ ਇਹੋ ਜਿਹੇ ਬੇਲਗਾਮ ਨੇਤਾਵਾਂ ਨੂੰ ਨੱਥ ਪਾਉਣੀ ਪਊਗੀ, ਇਹਨਾਂ ਨੂੰ ਕਹਿਣਾ ਪਊਗਾ ਵੀ ਖਬਰਦਾਰ ਜੇਕਰ ਤੁਸੀਂ ਊਟ ਪਟਾਂ ਕੋਈ ਬਿਆਨ ਦਿੱਤਾ ਤੇ ਇਹ ਸਵੀਕਾਰ ਨਹੀਂ ਹੋਊਗਾ। ਇਹ ਗੱਲ ਇਹਨਾਂ ਨੂੰ ਤਿੱਖੇ ਰੌਂ ਦੇ ਵਿੱਚ ਕਹਿਣੀ ਪਊਗੀ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਹੈਰਾਨੀ ਹੁੰਦੀ ਹੈ ਜਦੋਂ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਸਾਹਮਣੇ ਆਉਂਦੇ ਨੇ, ਪਰ ਫਿਰ ਵੀ ਇਹਨਾਂ ਨੂੰ ਕੋਈ ਧੂਰੀ ਨਹੀਂ ਵੱਟਦਾ, ਕੋਈ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਜੇਕਰ ਗੱਲ ਹੱਲ ਹੋ ਰਹੀ ਹੈ ਤੇ ਫਿਰ ਇਹੋ ਜਿਹੇ ਬਿਆਨ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਸੋ ਖੈਰ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਜੀ, ਉੱਧਰ ਹੁਣ ਰਾਹੁਲ ਗਾਂਧੀ ਹੋਰਾਂ ਦੀ ਗੱਲ, ਨਵਜੋਤ ਸਿੰਘ ਸਿੱਧੂ ਹੋਰੀ ਮੰਨ ਗਏ ਨੇ ਤੇ ਪੰਜਾਬ ਕਾਂਗਰਸ ਪ੍ਰਧਾਨ ਦੇ ਸਾਰੇ ਕੰਮ ਸੰਭਾਲਦੇ ਨੇ ਉਹਨਾਂ ਕੋਲ ਫਿਰ ਤੋਂ। ਦੇਖੋ ਜੀ, ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਇਹੀ ਦੋਸ਼ ਲੱਗਦੇ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਆਪਣੀ ਹਿੱਸੇ ਆਉਂਦਾ ਕੰਮ ਨਹੀਂ ਕਰਦੇ, ਉਹ ਬਸ ਸਰਕਾਰ ਦੀ ਲੱਤ ਦੇ ਵਿੱਚ ਲੱਤ ਫਸਾ ਕੇ ਉਹਨੂੰ ਡੇਗ ਲਈਏ, ਐਂ ਬਣਾ ਦਈਏ, ਉਹਨੂੰ ਐਂ ਸਿੱਟ ਲਈਏ, ਇਹਨੂੰ ਬਦਲ ਦਈਏ, ਐਂ ਹੋ ਜੇ, ਆਹ ਹੋ ਜੇ, ਇਹਨਾਂ ਕੰਮਾਂ ਦੇ ਵੱਲ ਵੱਧ ਖਿਆਲ ਕਰਦੇ ਆ। ਤੁਹਾਨੂੰ ਚੇਤੇ ਹੋਣਾ, ਸਾਡੇ ਜਿਹੜੇ ਸਰੋਤੇ ਆ ਸੂਝਵਾਨ ਉਹਨਾਂ ਨੂੰ ਚੇਤੇ ਹੋਣਾ ਬਈ ਇਹ ਚੰਨੀ ਸਾਹਿਬ ਦੀ ਜਿਹੜੀ ਆ ਉਹ ਨਿਯੁਕਤੀ ਜਿਹੜਾ ਮੁੱਖ ਮੰਤਰੀ ਬਣਾਇਆ ਗਿਆ ਇਹ ਨਵਜੋਤ ਸਿੰਘ ਸਿੱਧੂ ਦੀ ਹਾਮੀ ਦੇ ਸਦਕਾ ਹੀ ਬਣਾਇਆ ਗਿਆ। ਉਦੋਂ ਸ਼ਾਇਦ ਸਿੱਧੂ ਹੋਰਾਂ ਨੂੰ ਇਹ ਲੱਗਦਾ ਸੀ ਕਿ ਚੰਨੀ ਮੇਰੇ ਹੱਥ ਦੇ ਵਿੱਚ ਰਹੂ ਤੇ ਮੈਂ ਆਪਣੀ ਮਰਜ਼ੀ ਮੁਤਾਬਕ ਬਦਲ ਵੀ ਸਕੂੰ, ਤੇ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ ਦੇ ਵਿੱਚੋਂ ਇੱਕ ਬਣਿਆ ਤਾਂ ਉਹਨਾਂ ਨੂੰ ਬਦਲਣਾ ਮੇਰੇ ਲਈ ਔਖਾ ਕੰਮ ਹੋਊਗਾ, ਉਹਨਾਂ ਨੇ ਮੈਨੂੰ 2022 ਦੇ ਵਿੱਚ ਨਹੀਂ ਮੌਕਾ ਮਿਲਣ ਦੇਣਾ। ਪਰ ਹੁਣ ਚੰਨੀ ਆ ਜਿਹੜੇ ਉਹ ਆਪਦੀ ਹਰਮਨ ਪਿਆਰਤਾ ਹਾਸਲ ਕਰ ਗਏ ਤੇ ਨਵਜੋਤ ਸਿੰਘ ਸਿੱਧੂ ਆ ਜਿਹੜੇ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਤੜਿੰਗ ਚੰਨੀ ਦੇ ਨਾਲ ਵੀ ਚੱਲਦੇ ਆ। ਸੋ ਕਦੇ ਉਹ ਟਵੀਟ ਕਰਦੇ ਆ ਚੰਨੀ ਸਰਕਾਰ ਦੇ ਬਾਰੇ, ਕਦੇ ਨਿਯੁਕਤੀਆਂ ਤੇ ਸਵਾਲ ਖੜੇ ਕਰਦੇ ਆ, ਕਦੇ ਉਹ ਜਾ ਕੇ ਰਾਹੁਲ ਗਾਂਧੀ ਨੂੰ ਮਿਲਦੇ ਆ, ਕਦੇ ਉਹ ਜਾ ਕੇ ਹਰੀਸ਼ ਰਾਵਤ ਜਾਂ ਹਰੀਸ਼ ਚੌਧਰੀ ਨੂੰ ਮਿਲਦੇ ਰਹੇ ਆ। ਉਹਨਾਂ ਦੇ ਵੱਲੋਂ ਸਮੇਂ ਸਮੇਂ ਦੇ ਉੱਤੇ ਆਪਣੀ ਸਰਕਾਰ ਦੇ ਮੂਹਰੇ ਭਸੂੜੀ ਨੁਮਾ ਗੱਲਾਂ ਖੜੀਆਂ ਕੀਤੀਆਂ ਗਈਆਂ।
ਮੁੱਦੇ ਬੇਸ਼ੱਕ ਕੁਝ ਕੁ ਉਹਨਾਂ ਨੇ ਸਹੀ ਵੀ ਹੁੰਦੇ ਆ ਪਰ ਪੇਸ਼ਕਾਰੀ ਦਾ ਢੰਗ ਉਹਨਾਂ ਦਾ ਬੜਾ ਗਲਤ ਹੁੰਦਾ ਅਕਸਰ ਹੀ। ਸੋ ਹੁਣ ਪਤਾ ਲੱਗਾ ਜੀ ਕਿ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੀ ਗੱਲ ਮੰਨੀ ਹੈ। ਉਹਨਾਂ ਨੇ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਜੀ ਕਿ ਤੁਸੀਂ ਹੈਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਪ੍ਰਧਾਨ ਦੇ ਹਿੱਸੇ ਦੇ ਵਿੱਚ ਜਿਹੜੇ ਕੰਮ ਆਉਂਦੇ ਆ ਉਹਨੂੰ ਉਹ ਕਰਨੇ ਚਾਹੀਦੇ, ਨਿੱਠ ਕੇ ਕਰਨੇ ਚਾਹੀਦੇ ਆ, ਤੇ ਬਾਕੀ ਕੰਮ ਆ ਜਿਹੜੇ ਸਰਕਾਰ ਦੇ ਉਹ ਸਰਕਾਰ ਦੇ ਹਿੱਸੇ ਦੇ ਵਿੱਚ ਹੋਣੇ ਚਾਹੀਦੇ ਆ। ਮੰਨਿਆ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਇਹਨਾਂ ਗੱਲਾਂ ਦਾ ਸ਼ਾਇਦ ਅਸਰ ਹੋਇਆ ਕਿਉਂਕਿ ਉਹਨਾਂ ਨੇ ਹੁਣ ਆਪਦੀ ਸਰਕਾਰ ਨੂੰ ਪਿਛਲੇ 2-3 ਦਿਨਾਂ ਤੋਂ ਘੇਰਿਆ ਨਹੀਂ, ਨਹੀਂ ਤਾਂ ਮੀਟਿੰਗ ਚੰਨੀ ਦੇ ਨਾਲ ਚੱਲਦੀ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਹੀ ਉਹ ਲਗਾਤਾਰ ਟਵੀਟ ਕਰੀ ਜਾਂਦੇ ਹੁੰਦੇ ਆ ਕਿ ਮੁੱਦੇ ਹੱਲ ਕਰੋ, ਮੁੱਦੇ ਹੱਲ ਕਰੋ, ਮੁੱਦੇ ਹੱਲ ਕਰੋ। ਸੋ ਲੋਕਾਂ ਦਾ ਵੀ ਇਹ ਕਹਿਣਾ ਜੀ ਕਿ ਮੁੱਦੇ ਹੱਲ ਕਰੋ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਜੇਕਰ ਨਹੀਂ ਹੱਲ ਕਰਦੇ ਠੋਕਰ ਮਾਰੋ ਕਾਂਗਰਸ ਨੂੰ, ਫਿਰ ਤੁਸੀਂ ਬਾਹਰ ਨਿਕਲ ਆਓ, ਫਿਰ ਤੁਸੀਂ ਆਪਦੀ ਸਿਆਸੀ ਧਿਰ ਖੜੀ ਕਰ ਲਓ। ਨਹੀਂ ਤਾਂ ਟਵਿੱਟਰ ਦੇ ਉੱਤੇ ਥੋੜ੍ਹੀ ਮੁੱਦੇ ਹੱਲ ਹੁੰਦੇ ਆ, ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਆ ਸਕਦੇ, ਸ਼ੇਅਰ ਆ ਸਕਦੇ, ਲਾਈਕ ਡਿਸਲਾਈਕ ਆ ਸਕਦੇ ਆ, ਪਰ ਮੁੱਦੇ ਇਉਂ ਨਹੀਂ ਹੱਲ ਹੁੰਦੇ ਗੇ। ਸੋ ਸਿੱਧੂ ਸਾਹਿਬ ਨੂੰ ਇਹ ਗੱਲ ਸੋਚਣੀ ਪਊਗੀ ਵੀ ਹੁਣ ਇਹ ਫੈਸਲਾ ਕੁਣ ਜਾਂਦਾ ਵੀ ਜਾਂ ਤਾਂ ਤੁਹਾਨੂੰ ਇਹ ਲੱਗਦਾ ਜੇਕਰ ਵੀ ਮੁੱਦੇ ਹੱਲ ਹੁੰਦੇ ਆ ਤਾਂ ਕਾਂਗਰਸ ਦੇ ਵਿੱਚ ਰਹੋ, ਤੇ ਜੇਕਰ ਤੁਹਾਨੂੰ ਲੱਗਦਾ ਜੀ ਕਿ ਇਹਨਾਂ ਨੇ ਕੁਛ ਨਹੀਂ ਕਰਨਾ ਗਾ, ਨਾ ਬਾਦਲਾਂ ਨੇ ਕੁਝ ਕੀਤਾ, ਨਾ ਕੈਪਟਨ ਨੇ ਕੁਝ ਕੀਤਾ, ਨਾ ਚੰਨੀ ਕੁਝ ਕਰ ਰਿਹਾ, ਨਾ ਹਾਈਕਮਾਨ ਕੁਝ ਕਰਵਾ ਰਹੀ ਹੈ, ਤੇ ਫਿਰ ਕਾਂਗਰਸ ਦੇ ਆਪਾਂ ਕਿਹੜੀ ਗੱਲੋਂ ਲਿਖੇ ਲੱਗੇ ਰਹਿਣਾ। ਇੱਕ ਪਾਸੇ ਸਿੱਧੂ ਸਾਹਿਬ ਕਹਿੰਦੇ ਵੀ ਮਸਲੇ ਨਹੀਂ ਹੱਲ ਹੁੰਦੇ, ਦੂਜੇ ਪਾਸੇ ਕਹਿੰਦੇ ਮੇਰਾ ਰੋਮ ਰੋਮ ਹਮੇਸ਼ਾ ਵਾਸਤੇ ਆਖਰੀ ਸਾਹ ਤੱਕ ਰਿੜੀ ਰਹੂਗਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦਾ। ਉਹ ਫਿਰ ਜੁੜੇ ਵੀ ਰਹਿਣਾ ਚਾਹੁੰਦੇ ਆ ਤੇ ਸੰਤੁਸ਼ਟ ਵੀ ਨਹੀਂ, ਤੇ ਫਿਰ ਮਸਲੇ ਦਾ ਹੱਲ ਕਿਵੇਂ ਨਿਕਲੂਗਾ? ਜੀ ਬਿਲਕੁਲ। ਤੇ ਸਰ ਅੱਗੇ ਵੱਧਦੇ ਹਾਂ ਜੀ, ਕਿਹਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ 29 ਨੂੰ ਵਾਹਗਾ ਬਾਰਡਰ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਰੋਡ ਸ਼ੋ ਕੱਢੇਗਾ ਜੀ। ਹਾਂ ਬਿਲਕੁਲ ਜੀ, ਜੋ BSF ਦਾ ਅਧਿਕਾਰ ਖੇਤਰ ਵਧਾਇਆ ਹੈਗਾ ਕੇਂਦਰ ਦੀ ਸਰਕਾਰ ਨੇ ਪੰਜਾਬ ਤੇ ਹੋਰ ਸਰਹੱਦੀ ਸੂਬਿਆਂ ਦਾ, ਇਹ ਪੰਜਾਬ ਦੇ ਵਿੱਚ 15 ਕਿਲੋਮੀਟਰ ਸੀ ਸਰਹੱਦੀ ਜ਼ਿਲ੍ਹਿਆਂ ਦਾ ਅਧਿਕਾਰ ਖੇਤਰ, ਤੇ ਇਹ BSF ਨੂੰ 35 ਕਿਲੋਮੀਟਰ ਵਧਾ ਕੇ ਤੇ 50 ਕਿਲੋਮੀਟਰ ਕਰ ਦਿੱਤਾ ਗਿਆ। ਤੇ ਹੁਣ ਇਸ ਗੱਲ ਦੇ ਬਾਰੇ ਪਤਾ ਲੱਗਾ ਜੀ ਕਿ ਅਕਾਲੀ ਦਲ ਦੇ ਵੱਲੋਂ ਵੀ ਮੁੱਦਾ ਚੁੱਕਿਆ ਗਿਆ, ਤੇ ਪਿਛਲੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸਾਡੇ ਵਾਲਾ ਰੇਡੀਓ ਤੇ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਰਵ ਪਾਰਟੀ ਮੀਟਿੰਗ ਸੱਦੀ, ਉਸ ਤੋਂ ਬਾਅਦ ਸਿੱਧੂ ਤੇ ਚੰਨੀ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਸੀ। ਇਹ ਗੱਲ ਕਹੀ ਸੀ ਵੀ ਜੇਕਰ ਨਾ ਕੇਂਦਰ ਦੀ ਸਰਕਾਰ ਨੇ ਆਪਣਾ ਫੈਸਲਾ ਨੋਟੀਫਿਕੇਸ਼ਨ ਵਾਪਸ ਲਿਆ ਤਾਂ ਅਸੀਂ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਵੀ ਇਹਦੇ ਮੁਤਲਕ ਸੱਦਾਂਗੇ, ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ। ਇਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏ ਤੋਂ ਮੈਨੂੰ ਪਤਾ ਵੀ ਛੇਤੀ ਕਿਤੇ ਕੋਈ ਹੱਲ ਨਹੀਂ ਨਿਕਲਣਾ, ਕਿਉਂਕਿ ਉੱਥੇ ਤਾਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਹੋਰ ਮਾਮਲੇ ਪੈਂਡਿੰਗ ਪਏ ਆ, ਤਰੀਕ ਦਰ ਵਾਸ ਇਹੀ ਪੈਂਦੀ ਹੈ। ਸੋ ਹੁਣ ਪਤਾ ਲੱਗਾ ਜੀ ਕਿ ਅਕਾਲੀ ਦਲ ਵੀ ਚਾਹੁੰਦਾ ਜੀ ਕਿ ਅਸੀਂ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਖੱਟੀ ਖੱਟ ਲਈਏ। ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ, ਬਿਕਰਮ ਮਜੀਠੀਆ ਦੀ ਅਗਵਾਈ ਦੇ ਵਿੱਚ ਅਟਾਰੀ ਵਾਹਗਾ ਸਰਹੱਦ ਤੋਂ ਲੈ ਕੇ ਤੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੱਕ ਇੱਕ ਬਹੁਤ ਵੱਡੀ ਯਾਤਰਾ ਕਹਿ ਲਈਏ ਜਾਂ ਰੈਲੀ ਕਹਿ ਲਈਏ, ਉਹ ਕੱਢੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ BSF ਦੇ ਵਧੇ ਹੋਏ ਅਧਿਕਾਰ ਖੇਤਰ ਦੇ ਖਿਲਾਫ਼। ਸੋ ਸਿਆਸੀ ਪਾਰਟੀਆਂ ਇਹਨਾਂ ਮੁੱਦਿਆਂ ਦੇ ਕਰਕੇ ਜਿਉਂਦਾ ਵੀ ਰਹਿਣਾ ਚਾਹੁੰਦੀਆਂ ਤੇ ਭਰਪੂਰ ਆਪਦੀ ਹਾਜ਼ਰੀ ਲਵਾ ਕੇ ਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਰਹੀਏ, ਅਸੀਂ ਚਰਚਾ ਦੇ ਵਿੱਚ ਰਹੀਏ, ਇਹਦੀ ਪੁਰਜ਼ੋਰ ਕੋਸ਼ਿਸ਼ ਸਮੇਂ ਸਮੇਂ ਦੇ ਉੱਤੇ ਕਰਦੀਆਂ ਜੀ। ਤੇ ਸਰ ਇੱਕ ਚਿੰਤਾਜਨਕ ਖਬਰ ਫਿਰ ਤੋਂ ਸਾਹਮਣੇ ਆ ਰਹੀ ਹੈ ਕਿ ਦੇਸ਼ ਦੇ ਵਿੱਚ ਕੋਰੋਨਾ ਦੇ ਮਾਮਲੇ ਦੁਬਾਰਾ ਤੋਂ ਨਜ਼ਰ ਆਉਣ ਲੱਗ ਗਏ ਨੇ। ਕਿਹਾ ਜਾ ਰਿਹਾ ਕਿ 13,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਔਰ 500 ਤੋਂ ਵੱਧ ਮੌਤਾਂ ਹੋ ਗਈਆਂ ਨੇ। ਦੇਖੋ ਭਾਰਤ ਦੇ ਵਿੱਚ ਕੋਰੋਨਾ ਦੇ ਮਾਮਲੇ ਜਿਹੜੇ ਉਹ ਇੰਨੇ ਕੁ ਤਾਂ ਹਮੇਸ਼ਾ ਹੀ ਰਹੇ ਆ, ਤੁਸੀਂ ਪਿਛਲੇ ਕਈ ਹਫ਼ਤਿਆਂ ਦੇ ਵੱਲ ਝਾਤ ਮਾਰ ਲਓ, 12,000, 13,000, 15,000, 16,000, ਕਦੇ ਵੀ ਇਹੋ ਜਿਹੀ ਖਬਰ ਨਹੀਂ ਆਈ ਵੀ ਹੁਣ ਕੇਸ ਨਹੀਂ ਆਉਂਦੇ ਜਾਂ ਇਹਨਾਂ ਦੀ ਗਿਣਤੀ 5-6,000 ਤੱਕ ਹੀ ਰਹਿ ਗਈ। 24 ਘੰਟਿਆਂ ਦੇ ਵਿੱਚ 12-13,000 ਤੱਕ ਕੇਸ ਹਰ ਰੋਜ਼ ਆਉਂਦੇ ਹੀ ਹੈ। ਇਹ ਵਧਣ ਨਾ, ਇਸ ਗੱਲ ਦੇ ਲਈ ਅਸੀਂ ਕਾਮਨਾ ਕਰਦੇ ਹਾਂ। ਪਰ ਅਗਲੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਕੱਲ੍ਹ ਵੀ 550 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਵੀ ਆਈ ਹੈ। ਚਿੰਤਾਜਨਕ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਹਰ ਪਾਸੇ ਭੀੜ ਭੜੱਕਾ, ਜਿਸ ਤਰੀਕੇ ਨਾਲ ਹਰ ਪਾਸੇ ਲੋਕ ਆ ਜਿਹੜੇ ਉਹ ਪਹਿਲਾਂ ਵਾਂਗੀ ਵਿਚਰਨਾ ਸ਼ੁਰੂ ਕਰ ਚੁੱਕੇ ਆ, ਕਿਤੇ ਵੀ ਕੋਈ ਮੇਰਾ ਖਿਆਲ ਹੈ ਵੀ ਨਿਯਮ ਦਾ ਪਾਲਣ ਨਹੀਂ ਕਰਨ ਵਾਲੀ ਗੱਲ। ਸੋ ਇਸ ਕਰਕੇ ਵੀ ਇਹ ਕੋਰੋਨਾ ਮਹਾਂਮਾਰੀ ਵਧੇ ਨਾ, ਇਹਦੀ ਕਾਮਨਾ ਕਰਨੀ ਬਣਦੀ ਹੈ ਤੇ ਇਹਦੇ ਲਈ ਪਰਹੇਜ਼ ਵੀ ਕਰਨਾ ਚਾਹੀਦਾ। ਉਦਾਂ ਇਹ ਗੱਲ ਸੱਚੀ ਹੈ ਵੀ ਕੋਰੋਨਾ ਸਾਡੇ ਵਿੱਚੋਂ ਮੁਕੰਮਲ ਖਤਮ ਨਹੀਂ ਹੋਇਆ, ਇਹ ਘਟਿਆ ਜ਼ਰੂਰ ਆ, ਪਰ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਹੁਣ ਇਹ ਖਤਮ ਹੋ ਗਿਆ ਤੇ ਹੁਣ ਅਸੀਂ ਜੋ ਜੀ ਕਰਦਾ ਉਵੇਂ ਕਰਗੇ। ਲੋਕਾਂ ਨੂੰ ਵੀ ਸਮਝਣਾ ਚਾਹੀਦਾ, ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ, ਸਭ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਜੀ। ਉਧਰ ਦੂਸਰੇ ਬੰਨੇ ਡੇਂਗੂ ਦਾ ਕਹਿਰ ਵੀ ਵੱਧਦਾ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਦੀਵਾਲੀ ਤੋਂ ਬਾਅਦ ਵੀ ਡੇਂਗੂ ਦੇ ਮਾਮਲੇ ਘਟਣ ਦੀ ਉਮੀਦ ਘੱਟ ਹੈ। ਦੇਖੋ ਗੱਲ ਇਹ ਜੀ ਕਿ ਡੇਂਗੂ ਇਹ ਹੈਗਾ ਜੀ ਮੌਸਮੀ ਸਮੱਸਿਆ, ਜਦੋਂ ਵੀ ਆ ਸਿਆਲ ਸ਼ੁਰੂ ਹੋਣੇ ਹੁੰਦੇ ਆ ਤੇ ਗਰਮੀ ਜਾਂਦੀ ਹੈ, ਮੀਂਹ ਪੈਂਦੇ ਆ, ਤੇ ਇੱਕਦਮ ਡੇਂਗੂ ਦੀ ਸਮੱਸਿਆ ਵੱਧਦੀ ਹੈ ਤੇ ਪੰਜਾਬ ਦੇ ਵਿੱਚ ਵੀ ਹਰ ਰੋਜ਼ ਸੈਂਕੜੇ ਕੇਸ ਡੇਂਗੂ ਦੇ ਆਉਂਦੇ ਆ, ਹੋਰ ਵੀ ਵੱਖ ਵੱਖ ਸੂਬਿਆਂ ਦੇ ਵਿੱਚ ਆਉਂਦੇ ਆ।
ਸੋ ਦੀਵਾਲੀ ਤੋਂ ਬਾਅਦ ਵੀ ਡੇਂਗੂ ਦੀ ਸਮੱਸਿਆ ਖਤਮ ਹੋਣ ਦੇ ਆਸਾਰ ਨਹੀਂ। ਪਰ ਇਹਦੇ ਲਈ ਦੇਖੋ, ਇੱਕ ਤਾਂ ਮੱਛਰ ਪੈਦਾ ਨਾ ਹੋਣ ਦਿੱਤਾ ਜਾਵੇ, ਡੇਂਗੂ ਦੇ ਟੈਸਟ ਆ ਜਿਹੜੇ ਉਹ ਹਰ ਸਰਕਾਰੀ ਹਸਪਤਾਲ ਦੇ ਵਿੱਚ ਵਧੀਆ ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਹੋਣੇ ਚਾਹੀਦੇ ਆ। ਜਿਹੜੀਆਂ ਗਰੀਬ ਲੋਕਾਂ ਦੀਆਂ ਬਸਤੀਆਂ, ਝੁੱਗੀਆਂ, ਝੌਂਪੜੀਆਂ, ਉੱਥੇ ਜਾ ਕੇ ਵੀ ਪ੍ਰਬੰਧ ਕਰਨੇ ਚਾਹੀਦੇ ਆ, ਤੇ ਸਫਾਈ ਦੇ ਪ੍ਰਬੰਧ ਵੀ ਸੁਚੱਜੇ ਹੋਣੇ ਚਾਹੀਦੇ ਆ। ਥਾਂ ਥਾਂ ਦੇ ਉੱਤੇ ਦੇਸ਼ ਦੇ ਵਿੱਚ ਗੰਦ ਦੇ ਢੇਰ ਆ, ਤੇ ਡੇਂਗੂ ਤਾਂ ਫੈਲਣਾ ਹੀ ਫੈਲਣਾ। ਸੋ ਇਸ ਕਰਕੇ ਗੱਲ ਇਹ ਜੀ ਕਿ ਸਮੱਸਿਆ ਨੂੰ ਸਮਝ ਕੇ ਸਰਕਾਰਾਂ ਤੇ ਲੋਕ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਜੀ ਬਿਲਕੁਲ। ਸੋ ਖੈਰ ਅੱਜ ਦੇ ਲਈ ਇੰਨਾ ਹੀ ਸਰ, ਬਹੁਤ ਬਹੁਤ ਸ਼ੁਕਰੀਆ, ਆਪਾਂ ਕੱਲ ਨੂੰ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ ਜੀ, ਮਿਹਰਬਾਨੀ।